ਸੱਜਣ ਬਣਾਈਦਾ ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ ਆਪਣੀਆਂ ਸੋਚਾਂ ਵਿੱਚ ਆਪ ਮੁੱਕ ਜਾਈਦਾ ਇਸ ਸੋਹਣੇ ਸਿਰ ਨੂੰ ਰੱਬ ਨੂੰ ਜਿਤਾਈਦਾ ਦੁਨੀਆਂ ਨੂੰ ਗੱਲ ਦੱਸ ਮਜ਼ਾਕ ਨਹੀਂ ਬਣਾਈਦਾ ਦੁਨੀਆਂ ਵਾਲੇ ਤੇ ਮਜ਼ਾਕ ਉਡਾਉਂਦੇ ਦੁਨੀਆਂ ਨੂੰ ਦੁੱਖ ਦੱਸੋਗੇ ਸੱਤਰਾਂ ਨੂੰ ਦੱਸੇ ਇਹ ਲੈਟ ਬੰਦ ਦੁਨੀਆਂ ਨੂੰ ਤੇ ਦੁੱਖ ਦੱਸਣਾ ਹੀ ਨਹੀਂ ਨਾ ਹੱਲਾ ਜਾਂਦਾ ਵੇ ਲੋਕਲ ਬੜੇ ਵੱਡੇ ਲੋਕਾਂ ਦੀਆਂ ਜਦ ਉਜੜ ਅੱਗੇ ਰੋਜ਼ ਆ ਰਹੀ ਜਿੰਨਾ ਪੈਣਾ ਦੇ ਵੀਰ ਕੋਈ ਨਹੀਂ ਮਾਮੇ ਰਾਸ਼ਨ ਦੇ ਆਇਆ ਜੇ ਜਿੰਨਾ ਪੈਣਾ ਦੇ ਭਰਾ ਕੋਈ ਨਹੀਂ ਤਾਏ ਰਾਸ਼ਨ ਦੇ ਆਵਣ ਤੇ ਜਿੰਨਾ ਦੇ ਮਾਪੇ ਕੋਈ ਨਹੀਂ ਚਾਚੇ ਤੁਰ ਆਵਣ ਤੇ ਜਿੰਨਾ ਦੇ ਤਾਏ ਚਾਚੇ ਭਰਾ ਜਿਉਂਦਿਆਂ ਛੱਡ ਦਿੰਦੇ ਸਾਸਾਂ ਦੀ ਨੀ ਐਡੀ ਸਾਊਂ ਦੀ ਤੇਰੇ ਵਿਛਲੇ ਕਿਉਂ ਨਾ ਮਿਲਦੇ ਉਧਰ ਵੀਰੋ ਤਲਵਾਰ ਦੇ ਫੱਟ ਮਿਲ ਜਾਂਦੇ ਨੇ ਥੋਲੀ ਦੇ ਫੱਟ ਮਿਲ ਜਾਂਦੇ ਨੇ ਵੀਰੋ ਫਾਟਾਂ ਦੀ ਤੀਰ ਦੇ ਫੱਟ ਮਿਲ ਜਾਂਦੇ ਪਰ ਜ਼ਬਾਨ ਦੀਆਂ ਬੋਲੀਆਂ ਬੰਦਿਆਂ ਨੂੰ ਮਰਨ ਤੇ ਮਜਬੂਰ ਕਰ ਦਿੰਦੀਆਂ ਨੇ ਉਦਣ ਧੀਆਂ ਖੁਦਕੁਸ਼ੀ ਕਰਦੀਆਂ ਨੇ ਆਂਦੀਆਂ ਲੋਕਾਂ ਦੀਆਂ ਜਦ ਉਜੜਨ ਧੀਆਂ ਹੋਰ ਜਾਂਦੀਆਂ ਨੇ ਮੈਂ ਉਜੜੀ ਕਿਸ ਪਾਸੇ ਜਾਵਾਂ ਸੋਹਰੇ ਰਹਿਣਾ ਪੇਕੇ ਜੇ ਗੱਲ ਸੁਣਨੀ ਹੋਵੇ ਤੇ ਸੁਣਿਆ ਜੇ ਅਰਜ਼ ਕਰਦਾ ਪਿਆ ਮੁਸਲਮਾਨੋ ਮੇਰੇ ਨਬੀ ਦੀ ਬੇਟੀ ਸਨਾਬੀ ਸਿੱਖਦਾ ਜ਼ੈਨਬ ਯਾਦ ਆ ਗਿਆ ਮੱਕੇ ਤੋਂ ਮੇਰੇ ਨਬੀ ਦੀ ਬੇਟੀ ਮਦੀਨੇ ਪਹੁੰਚਦੀ ਪਈ ਏ ਇਹ ਵੀਰਾ ਸੁਣਨ ਦਾ ਤਿਆਰ ਨਾਲ ਇਹ ਕਿਵੇਂ ਪਹੁੰਚੀਆਂ ਨੇ ਮੇਰੇ ਮੁਸਤਫਾ ਬਦਰ ਫਤਿਹ ਕਰ ਲਿਆ ਇਸ ਤਸਤਾ ਗਈ ਸੋਹਣਾ ਰੱਬਾ ਕੌਮ ਫਸਤਾ ਜਾ ਬਲਕਮ ਅੰਨੀ ਮੋਮੇ ਤੋ ਕਮ ਹੇਲ ਮਿਨਲ ਮਲਾਇਕਾ ਦੀ ਮੁਰਦ ਪੀ ਮੇਰੇ ਨਬੀ ਨੂੰ ਅੱਲਾ ਨੇ ਫਰਿਸ਼ਤਿਆਂ ਦੇ ਜ਼ਰੀਏ ਮਦਦ ਕੀਤੀ ਬਦਰ ਵਿੱਚ ਅੱਲਾ ਪਾਕ ਨੇ ਬਦਰ ਫਤਿਹ ਕਰਾਤਾ ਇਹਦੇ ਵਿੱਚ ਕੈਦੀ ਬੈਠੇ ਨੇ ਜ਼ਰਾ ਸੁਣਿਆ ਜੇ ਧਿਆਨ ਨਾਲ ਜਿਹੜੀ ਮਸਜਿਦ ਤੇਰੇ ਪੈਗੰਬਰ ਦੀ ਮੁਦੀਰੀ ਸਿੱਖਤਾ ਕਦ ਅੰਬਰ ਦੀ ਜਦੋਂ ਕੰਧਾਂ ਦੇ ਸੁਣ ਮਦੀਨੇ ਦੀਆਂ ਠਰਦੀਆਂ ਸਾਰੀਆਂ ਸੀਨੇ ਦੀਆਂ ਮੇਰੇ ਨਬੀ ਫਰਮਾਉਂਦੇ ਨੇ ਮਸਜਿਦ ਨਬੀ ਚ ਕੈਦੀਆਂ ਨੂੰ ਬੰਨ ਲਓ ਮੇਰੇ ਨਬੀ ਕਦੀ ਬਾਹਰ ਆਉਂਦੇ ਨੇ ਕਦੀ ਆਪਣੇ ਹੁਜਰੇ ਚ ਜਾਂਦੇ ਨੇ ਕਦੀ ਖੈਮੇ ਚੋਂ ਬਾਹਰ ਆਉਂਦੇ ਨੇ ਕਦੀ ਆਪਣੇ ਹੁਜਰੇ ਚ ਜਾਂਦੇ ਨੇ ਇੱਕ ਸਿਹਾਬੀ ਪਾਰੇ ਤੇ ਖੜਾਇਆ ਇਹਨੇ ਵੇਖਿਆ ਆਉਣਾ ਕੈਦੀਆਂ ਦੀਆਂ ਮੁਸ਼ਕਾਂ ਬਣੀਆਂ ਨੇ ਉਹਦੇ ਵਿੱਚ ਮੇਰੇ ਮੁਹੰਮਦ ਦਾ ਚਾਚਾ ਵੀ ਵੱਜਾ ਹੋਇਆ ਹੈ ਮੇਰੇ ਨਬੀ ਦੇ ਕਵੀ ਚੱਚਾ ਦਾ ਪਥਰੇਰ ਪਗਲੇ ਬਣੇ ਅਬਾਸ ਵੀ ਵੱਜੇ ਹੋਏ ਨੇ ਮੇਰੇ ਮੁਸਤਫਾ ਦੇ ਯਾਰ ਨੇ ਵੇਖਿਆ ਨਾ ਖੂਨ ਦੋ ਖੂਨ ਦੀ ਖਿੱਚ ਹੁੰਦੀ ਹੈ ਨਾ ਮੇਰੇ ਨਬੀ ਉਹ ਤੈਨੂੰ ਤੇ ਅੱਜ ਚਾਚਿਆਂ ਦੀ ਖਿੱਚ ਕੋਈ ਨਹੀਂ ਤੈਨੂੰ ਤੇ ਅੱਜ ਚਾਚਿਆਂ ਦੇ ਪੁੱਤਰਾਂ ਦੀ ਖਿੱਚ ਕੋਈ ਨਹੀਂ ਉਹ ਬਗਾਨਿਆਂ ਨੂੰ ਕੜਾਈਆਂ ਖਵਾਉਣਾ ਹੈ ਚਾਚੇ ਦੇ ਪੁੱਤਰਾਂ ਨੂੰ ਗਾਲਾਂ ਕੱਢਣਾ ਹੈ ਬਗਾਨਿਆਂ ਨੂੰ ਕੜਾਈਆਂ ਖਵਾਉਣਾ ਹੈ ਮਾਸੀਆਂ ਦੇ ਪੁੱਤਰਾਂ ਨੂੰ ਗਾਲਾਂ ਕੱਢਣਾ ਤੈਨੂੰ ਬਗਾਨੇ ਸੋਹਣੇ ਲੱਗਣ ਲੱਗ ਪਏ ਆਪਣੇ ਤੈਨੂੰ ਕੋਝੇ ਲੱਗਣ ਲੱਗ ਪਏ ਬਗਾਨਿਆਂ ਨਾਲ ਯਾਰੀਆਂ ਲਾਉਣਾ ਹੈ ਆਪਣਿਆਂ ਦੇ ਖਿਲਾਫ ਜਾਦੂ ਕਰਨਾ ਹੈ ਆਪਣਿਆਂ ਦੇ ਖਿਲਾਫ ਤਵੀਤ ਕਰਨਾ ਹੈ ਆਪਣਿਆਂ ਦੇ ਖਿਲਾਫ ਤੂਨਾ ਕਰਨਾ ਹੈ ਆਪਣਿਆਂ ਦੇ ਖਿਲਾਫ ਤਵੀਤ ਰਖਾਉਣਾ ਹੈ ਜ਼ਰਾ ਆਪਣਾ ਕਰਦਾਰ ਵੇਖੀਏ ਨਾ ਮੇਰੇ ਨਬੀ ਫਰਮਾਉਂਦੇ ਨੇ ਇਹ ਸਿਆਪੀ ਪਰੇਸ਼ਾਨ ਹੈ ਕਿੱਦਾਂ ਮਸਜਿਦ ਚ ਗਿਆ ਨਾ ਇਹਨੇ ਸੋਚਿਆ ਨਬੀ ਪਾਕ ਨੂੰ ਨੀਂਦ ਇਸ ਵਜ੍ਹਾ ਤੋਂ ਨਹੀਂ ਆ ਰਹੀ ਕਿ ਆਪਦਾ ਚਾਚਾ ਜਨਾਬੀ ਦਰਦ ਨਾਲ ਰੋ ਰਿਹਾ ਹੈ ਮੈਂ ਵਿਸਵੀਂ ਢਿੱਲੀਆਂ ਕਰ ਆਉਣਾ ਹੈ ਮੁਸ਼ਕਾਂ ਢਿੱਲੀਆਂ ਕਰ ਆਉਣਾ ਹੈ ਇਹਨੇ ਨਬੀ ਪਾਕ ਦੇ ਚਾਚੇ ਦੀਆਂ ਮੁਸ਼ਕਾਂ ਢਿੱਲੀਆਂ ਕਰ ਦਿੱਤੀਆਂ ਪਤਰੇਰ ਦੀਆਂ ਵੀ ਢਿੱਲੀਆਂ ਪਤਰੇਰ ਚਾਚੇ ਦੇ ਪੁੱਤ ਭਰਾ ਨੂੰ ਕਹਿੰਦੇ ਉਹਦੀਆਂ ਵੀ ਢਿੱਲੀਆਂ ਕਰਦੀਆਂ ਮੇਰੇ ਨਬੀ ਫਿਰ ਅੰਦਰ ਜਾਂਦੇ ਕਦੀ ਬਾਹਰ ਆਉਂਦੇ ਆਉਂਦੇ ਸੋਹਣਿਆ ਹੁਣ ਤੇ ਮੈਂ ਤੁਹਾਡੇ ਚਾਚੇ ਦੀਆਂ ਮੁਸ਼ਕਾਂ ਢਿੱਲੀਆਂ ਕਰ ਦਿੱਤੀਆਂ ਨੇ ਤੇ ਤੁਸੀਂ ਫਿਰ ਵੀ ਬੇਚੈਨ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਮੇਰੇ ਨਬੀ ਫਰਮਾਉਂਦੇ ਨੇ ਉਹ ਮੇਰੇ ਪੁੱਤਰ ਤੂੰ ਕਿਵੇਂ ਸਮਝ ਲਿਆ ਮੁਹੰਮਦ ਆਪਣੇ ਲਈ ਨਰਮ ਹੋਵੇ ਤੇ ਬਗਾਨਿਆਂ ਲਈ ਗਰਮ ਹੋਵੇ ਜੇ ਚਾਹਨਾ ਮੈਨੂੰ ਸਕੂਨ ਦੀ ਨੀਂਦ ਆ ਜੇ ਇਹਨਾਂ ਕੈਦੀਆਂ ਦੇ ਰੋਣੇ ਦੀ ਆਵਾਜ਼ ਮੈਂ ਮੁਹੰਮਦ ਨੂੰ ਸੌਣ ਨਹੀਂ ਦਿੰਦੀ ਵੀ ਗੁਫ਼ਤਗੂ ਚੁੱਪ ਹੋ ਕੇ ਸੁਣੋ ਜ਼ਰਾ ਗੱਲਾਂ ਸੁਣੀ ਜਾਂ ਹਰ ਗੱਲ 'ਤੇ ਸੁਭਾਨ ਅੱਲਾ
ਜ਼ਰਾ ਗੱਲ ਸੁਣੋ ਧਿਆਨ ਨਾਲ, ਚੁੱਪ ਕਰਕੇ ਤਕਰੀਰ ਸੁਣੋ। ਮੈਂ ਲਕਲ ਬੜਾ ਵੱਡਾ ਕਹਿਣ ਲੱਗਾ ਹੈ, ਪਰ ਤੈਨੂੰ ਆਪਣਿਆਂ ਦੇ ਦਰਦ, ਮੇਰੇ ਨਬੀ ਨੂੰ ਉਹਨਾਂ ਕੈਦੀਆਂ ਦੇ ਦਰਦ, ਕਿਹਨਾਂ ਦੀ ਆਵਾਜ਼ ਨਹੀਂ ਸੁਣ ਲੈਂਦੀ ਜਿਹਨਾਂ ਮੇਰੇ ਮੁਹੰਮਦ ਦੀਆਂ ਬੇਟੀਆਂ ਨੂੰ ਤਲਾਕਾਂ ਦਿੱਤੀਆਂ, ਜਿੱਥੋਂ ਦੁੱਖ ਨਬੀ ਨੂੰ ਇੰਨੇ ਮਿਲੇ, ਮੇਰੇ ਮੁਹੰਮਦ ਨੂੰ ਮੱਕਿਓ ਕੱਢ ਦਿੱਤਾ, ਮੇਰੇ ਮੁਸਤਫਾ ਨੂੰ ਉਹਨਾਂ ਦੁਨੀਆਂ ਦੇ ਉੱਤੇ ਮੱਕਿਓ ਨਿਕਲਣ ਤੇ ਮਜਬੂਰ ਕਰ ਦਿੱਤਾ, ਜਿਹਨਾਂ ਮੇਰੇ ਮੁਸਤਫਾ ਤੇ ਗੰਦੀਆਂ ਔਜਰੀਆਂ ਸੁੱਕੀਆਂ, ਜਿਹਨਾਂ ਮੇਰੇ ਨਬੀ ਦੇ ਇੱਥੋਂ ਤੱਕ ਕੀਤਾ। ਗਾਂਧੀ ਨੇ ਫਾਤਮਾ ਅੱਜ ਤੇਰੇ ਬਾਵੇ ਤੇ ਕਿਸੇ ਗੰਦੀ ਔਜਰੀ ਸੁੱਟੀ, ਸਿੱਖਦਾ ਫਾਤਮਾ ਦੌੜ ਕੇ ਬੈਤੁੱਲਾ ਆਈਆਂ, ਮੇਰੇ ਨਬੀ ਤੋਂ ਔਜਰੀ ਪਰਾਂ ਕੀਤੇ, ਕੰਧੇ ਨੂੰ ਸਹਾਰਾ ਦੇ ਕੇ ਖੜਿਆ ਕੀਤਾ। ਆਂਦੀ ਬਾਬਾ ਇਹ ਮੱਕੇ ਦੇ ਕਾਫਰ ਨਹੀਂ ਜਾਣਦੇ, ਮੇਰੇ ਬਾਬੇ ਮੁਹੰਮਦ ਦੀਆਂ ਕਿੱਡੀਆਂ ਉੱਚੀਆਂ ਸ਼ਾਨਾਂ। ਮੇਰੇ ਨਬੀ ਨੇ ਗਾਲਾਂ ਲਾ ਲਈ, ਛਾਲਾ ਜੀਵੇ ਜਵਾਨੀਆਂ ਮਾਣ, ਉਹ ਮੇਰੀ ਲਾਡ ਫਾਤਮਾ, ਉਹ ਮੇਰਾ ਮੱਖਣ ਤੇ ਮੇਰੀ ਮਲਾਈ ਫਾਤਮਾ, ਉਹ ਮੇਰਾ ਦੁੱਧ ਤੇ ਮੇਰਾ ਚੈਨ ਫਾਤਮਾ, ਉਹ ਮੈਨੂੰ ਪੁੱਤ ਬਣ ਕੇ ਵਖਾਣ ਵਾਲੀ ਮੇਰੀ ਦਲੇਰ ਫਾਤਮਾ, ਆਪਣੀ ਮਾਂ ਖਤੀਜਾ ਦੀ ਤਸਵੀਰ, ਇੰਨੀ ਗਮਖਾਰ ਬੇਟੀ ਫਾਤਮਾ, ਮੈਨੂੰ ਪੁੱਤ ਬਣ ਕੇ ਵਖਾਣ ਵਾਲੀ ਉਹ ਮੇਰੀ ਦਲੇਰ ਫਾਤਮਾ, ਆਪਣੇ ਬਾਬੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲੀ ਉਹ ਮੇਰੀ ਬੇਟੀ ਫਾਤਮਾ। ਮੈਂ ਤੁਹਾਨੂੰ ਗੱਲ ਸੁਣਾਵਾਂ, ਮਾਪਿਆਂ ਦੀਆਂ ਭੁੱਖਾਂ ਤੀਆਂ ਆਪਣੀਆਂ ਭੁੱਖਾਂ ਸਮਝਦੀਆਂ। ਮੇਰੀ ਬੇਟੀ ਹੈ 6 ਸਾਲ ਦੀ, ਦੋ ਬੇਟੀਆਂ ਨੇ, ਮੈਂ ਇੱਕ ਦਿਨ ਘਰ ਆਇਆ ਨਾ ਤੇ ਬੇਗਮ ਮੇਰੀ ਤੇ ਵਾਲਦਾ ਬਾਹਰ ਨਾ ਬਿਆਲਾ ਸੁਣ ਲਓ, ਕੋਈ ਸੌਦਾ ਲੈਣ ਗਏ ਸਨ ਤੇ ਮੇਰੀ ਮਾਂ ਘਰ ਬੈਠੀ, ਮੈਂ ਕਿਹਾ ਅੰਮਾ ਮੈਨੂੰ ਭੁੱਖ ਬੜੀ ਲੱਗੀ। ਦੋ ਬੇਟੀਆਂ ਨੇ ਭੱਜ ਕੇ ਕਮਰੇ 'ਚ ਗਈਆਂ, ਪਾਪਾ ਠਹਿਰ ਜੇ ਮੈਂ ਸਰਪ੍ਰਾਈਜ਼ ਦੇਤੀ, ਮਾਮਾ ਘਰ ਨਹੀਂ ਮਗਰ ਆਪਕੋ ਸਰਪ੍ਰਾਈਜ਼। ਮੈਂ ਨਾਲ ਗਿਆ, ਉਹਨਾਂ ਇੱਕ ਬੁਰਕੀ ਨਾਨ ਦੀ ਅਜੇ ਖਾਧੀ ਸੀ ਤੇ ਥੋੜ੍ਹੇ ਜਿਹੇ ਅੰਡੇ ਭੁੰਨੇ ਹੋਏ ਸਨ, ਤੇ ਜਿਹੜੇ ਵੇਲੇ ਖਾਂਦੀ ਖਾਂਦੀ ਮੈਨੂੰ ਆਂਦੀ ਪਾਪਾ ਆਪ ਖਾਏ, ਮੈਨੂੰ ਕਿਹਾ ਆਪ ਖਾਓ ਬੇਟਾ, ਕਹਿੰਦੇ ਨਹੀਂ ਅਮਨੇ ਖਾ ਲਈ। ਮੈਂ ਸਮਝਿਆ ਦੋ ਸਨ, ਚਲੋ ਇੱਕ ਖਾ ਲਿਆ ਤੇ ਚ ਬੁਰਕੀ ਖਾ ਲਈ। ਸ਼ਾਮਾਂ ਪਈਆਂ ਤੇ ਉਹਨਾਂ ਦੀ ਮਾਂ ਆਈ, ਮੈਨੂੰ ਕਹਿੰਦੀ ਹੈ ਇਹ ਨਾਜ ਆਪਣੇ ਹਿੱਸੇ ਦਾ ਨਾਨ ਤੁਹਾਨੂੰ ਦਿੱਤਾ ਹੈ, ਤੇ ਕਹਿੰਦੀ ਹੈ ਸਾਨੂੰ ਭੁੱਖ ਲੱਗੀ, ਤੇ ਮੈਂ ਕਿਹਾ ਬੇਟਾ ਖਾ ਲੈਣੀ ਸੀ। ਨਹੀਂ ਅਮਨੇ ਸੋਚਿਆ ਮਾਰੇ ਪਾਪਾ ਕੋ ਭੁੱਖ ਲੱਗੀ, ਫੌਰਨ ਮੇਰਾ ਹਦੀਸੇ ਪਾਕ ਵੱਲ ਧਿਆਨ ਗਿਆ, ਸਿੱਖਦਾ ਖਤੀਜਾ ਦੇ ਕਰੋ ਮੇਰੇ ਨਬੀ ਨੂੰ ਸਾਲਣ ਆਇਆ ਨਾ ਪੇਕਿਆਂ ਦੀ ਤਰਫੋਂ, ਓਏ ਅੱਜ ਤੇ ਪੇਕੇ ਛੱਡ ਗਏ ਧੀਆਂ ਨੂੰ, ਅੱਜ ਤੇ ਪੇਕੇ ਛੱਡ ਗਏ ਜੰਮਣ ਵਾਲੀਆਂ ਨੂੰ, ਮਾਂ ਖਤੀਜਾ ਨੂੰ ਸ਼ੇਬੇ ਅਬੀ ਤਾਲਬ ਚ ਸਾਲਣ ਦਾ ਪਿਆਲਾ ਆਇਆ। ਤੇ ਮੇਰੇ ਨਬੀ ਦੀਆਂ ਬੇਟੀਆਂ ਨੂੰ ਮਾਂ ਆਂਦੀ ਧੀਓ ਖਾਓ ਨਾ, ਆਂਦੀਆਂ ਅੰਮਾ ਅਸੀਂ ਉਸ ਵਕਤ ਤੱਕ ਹੱਥ ਨਹੀਂ ਲਾਵਾਂਗੀਆਂ ਜਦ ਤੱਕ ਸਾਡਾ ਬਾਬਾ ਮੁਹੰਮਦ ਖਾ ਨਹੀਂ ਲੈਂਦਾ। ਹੁੰਦੀਆਂ ਨੇ ਦੌਲਤਾਂ ਗਗਨੀਆਂ, ਕਾਸ਼ ਕਿਤੇ ਸੱਸਾਂ ਤੇ ਸਹੁਰੇ ਮੇਰੀ ਅੱਜ ਦੀ ਤਕਰੀਰ ਸੁਣ ਲੈਣ। ਤੁਸੀਂ ਆਂਦੇ ਜੇ ਇਹ ਧੀਆਂ ਘਰ ਨਹੀਂ ਸਾਂਭ ਸਕਦੀਆਂ, ਨਹੀਂ ਭੈਣਾਂ ਲਿਖ ਲਾ ਧੀਆਂ ਹੁੰਦੀਆਂ ਨੇ, ਕਦੋਂ ਦਿਲ ਕਰਦਾ ਇਹੋ ਜਿਹੀਆਂ ਧੀਆਂ ਨੂੰ ਡੋਲੇ ਪਾਉਣ ਲਈ, ਕਸਮੇ ਘਰ ਰੱਖਣ ਨੂੰ ਜੀ ਕਰਦਾ ਹੈ, ਪਰ ਮਦੀਨੇ ਵਾਲੇ ਨੇ ਕਾਨੂੰਨ ਜੋ ਬਣਾ ਦਿੱਤਾ ਹੈ ਨਾ, ਧੀਆਂ ਹੁੰਦੀਆਂ ਨੇ ਦੌਲਤ ਜਿਵੇਂ ਅੱਖਾਂ ਰੋਲੀਆਂ ਨੇ, ਸਿਰ ਨੀਲ ਰੇਡੇ ਤੋਂ ਜੋੜਨ ਸੁਣਦੇ ਪਏ, ਧੀਆਂ ਹੁੰਦੀਆਂ ਨੇ ਦੌਲਤਾਂ ਬਗਾਨੀਆਂ, ਸਾਡਾ ਕਿਹੜਾ ਜ਼ੋਰ ਬਾਬਲਾ ਜਦੋਂ ਚੜਨ ਧੀਆਂ ਨੂੰ ਜਵਾਨੀਆਂ, ਮਾਪੇ ਦੇ ਤੋਰ ਬਾਬਲਾ ਨੀਵੀਂ ਪਾ ਕੇ ਉੱਥੇ ਤੁਰ ਜਾਂਦੀਆਂ, ਜਿੱਥੇ ਦਿੰਦੇ ਤੋਰ ਬਾਬਲਾ ਉੱਚਾ ਕਦੀ ਵੀ ਨੀ ਬਾਬਲ ਅੱਗੇ ਬੋਲੀਆਂ, ਬਗਾਨੇ ਹੱਥ ਡੋਰ ਬਾਬਲਾ। ਮੈਂ ਦਰਦ ਵਾਲਾ ਜਮਲਾ ਕਹਿਣ ਲੱਗਾ, ਬੜੀ ਵੱਡੀ ਗੱਲ ਹੈ ਵੀਰਾ, ਮੇਰੀਆਂ ਭੈਣਾਂ ਵੀ ਧਿਆਨ ਨਾ ਸੁਣਨ, ਉਹ ਮੇਰੇ ਵੀਰ ਹੈ ਜਿੰਨੀਆਂ ਅੱਖਾਂ ਮੇਰੀਆਂ ਰੋ ਰਹੀਆਂ ਨੇ, ਮੈਂ ਵੀ ਬੇਟੀਆਂ ਵਾਲਾ ਤੂੰ ਵੀ ਬੇਟੀਆਂ ਵਾਲਾ ਹੈ। ਮੇਰੇ ਨਬੀ ਫਰਮਾਉਂਦੇ ਨੇ ਇਹਨਾਂ ਕੈਦੀਆਂ ਨੂੰ, ਨਬੀ ਬਲਵਜੋ ਮੇਰੇ ਵੱਲ ਗੱਲ ਬੜੀ ਵੱਡੀ, ਅੱਲਾ ਜਾਣਦਾ ਇਹਨਾਂ ਕੈਦੀਆਂ ਨੂੰ ਵੇਖਣਾ ਜ਼ਰਾ ਧਿਆਨ ਨਾਲ। ਮੇਰੇ ਮੁਸਤਫਾ ਫਰਮਾਉਂਦੇ ਨੇ ਇਹਨਾਂ ਕੈਦੀਆਂ ਨੂੰ ਸਾਰਿਆਂ ਦੀਆਂ ਮੁਸ਼ਕਾਂ ਟਿਲੀਆਂ ਕਰ ਦਿਓ, ਇੱਕ ਕੈਦੀ
ਆਇਆ ਆਪ ਫਰਮਾਉਂਦੇ ਨੇ ਆਪਣਾ ਆਪਣਾ ਪੈਸਾ ਦਿੱਤੀ ਜਾਓ ਤੇ ਆਜ਼ਾਦੀਆਂ ਲਵਾਉਣਾ ਤੇ ਚੱਲਦਾ ਚੱਲਦਾ ਅਬੂਲਾਸ ਵੀ ਆ ਗਏ ਆਪ ਫਰਮਾਉਂਦੇ ਨੇ ਅਬੂਲਾਸ ਤੇਰੇ ਕੋਲ ਕੀ ਹੈ ਆਂਦਾ ਸੋਹਣਿਆ ਇਹ ਤੁਹਾਡੀ ਬੇਟੀ ਦਾ ਹਾਰ ਲੈ ਕੇ ਆਇਆ ਮੇਰੇ ਮੁਸਤਫਾ ਦੇ ਸਾਹਮਣੇ ਆਈਆਂ ਨਾਲ ਹੱਥੀ ਜਿਨ੍ਹਾਂ ਨੂੰ ਦੱਬਣ ਚੱਕਰੀਏ ਮੁੱਕੀ ਆਸ ਦੀ ਪਿਛੜ ਗਿਆ ਦੇ ਪਲ ਪਲ ਯਾਦ ਸਤਾਵੇ ਪਰ ਹੋਈਆਂ ਮੁਦਤਾਂ ਵੱਤ ਕੋਈ ਆਇਆ ਨਹੀਂ ਹੇਰਾ ਮੁੜ ਵਤਨਾ ਮਲ ਪਾਇਆ ਨਹੀਂ ਅਜੇ ਸੁਣਿਆ ਹਾਲ ਸੁਣਾਇਆ ਨਹੀਂ ਜੀ ਮੁਰਤਾਂ ਗੁਜ਼ਰ ਜਾਂਦੀਆਂ ਨੇ ਛੱਡ ਪਿੰਜਰੇ ਉੱਡ ਸ਼ਹਿਬਾਜ਼ ਗਏ ਕਰ ਅਰਸ਼ਾਂ ਵੱਲ ਪਰਵਾਜ਼ ਗਏ ਕਰ ਵਿਥਾਂ ਦੂਰ ਦਰਾਜ਼ ਗਏ ਫਾਨੀ ਚੰਦ ਦਿਨ ਜਗ ਤੇ ਜੀਗੇ ਨੇ ਫਿਰ ਮੌਤ ਪਿਆਲਾ ਪੀਗੇ ਨੇ ਇੱਥੋਂ ਸਭ ਮੁਸਾਫਰ ਠੀਕੇ ਨੇ ਨਹੀਂ ਰਹਿਣਾ ਯਾਰ ਪਿਆਰਿਆ ਨੇ ਰਹਿ ਜਾਣਾ ਹੀ ਮਹਿਲ ਚ ਬਾਰਿਆ ਨੇ ਇੱਥੇ ਕਾਵਾਂ ਬਸੇਰਾ ਏ ਦੋ ਦਿਨ ਦਾ ਹੇਰਾ ਫੇਰਾ ਏ ਮੇਰੇ ਵੀਰ ਮੁਸਾਫਰ ਸੋਚ ਰਾ ਇਸ ਜੱਗ ਦਾ ਇੱਕੋ ਹੀ ਫੇਰਾ ਏ ਇੱਥੋਂ ਨਜ਼ਰ ਬਚਾ ਕੇ ਤੁਰ ਚਲੀਏ ਤੇਰਾ ਅੱਗੇ ਸਫ਼ਰ ਮੇਰਾ ਵੇਖ ਕਬਰ ਦੀ ਵਾਦੀ ਨੂੰ ਇਹ ਦੁਨੀਆ ਦੀ ਬਰਬਾਦੀ ਨੂੰ ਕਦੀ ਕਬਰਾਂ ਚ ਜਾਇਆ ਕਰ ਇਹ ਵੀ ਨਕਸ਼ੇ ਜਮਾ ਲਿਆ ਕਰ ਅਕਬਰ ਮੇਰੇ ਦਾਦੇ ਦੀ ਏ ਅਕਬਰ ਮੇਰੇ ਬਾਬੇ ਦੀ ਏ ਅਕਬਰ ਮੈਨੂੰ ਲੋਰੀਆਂ ਦੇਣ ਵਾਲੀ ਮੇਰੀ ਮਾਂ ਦੀ ਏ ਅਕਬਰ ਮੇਰੇ ਨਾਲ ਪਿਆਰ ਕਰਨ ਵਾਲੇ ਮੇਰੇ ਬੁੱਢੇ ਬਾਪ ਦੀ ਏ ਢੇਰ ਮਿੱਟੀ ਦੇ ਉਚੇਰੇ ਨੇ ਥੱਲੇ ਵਸਦੇ ਕਿਹੜੇ ਨੇ ਕੁਝ ਤੇਰੇ ਨੇ ਕੁਝ ਮੇਰੇ ਨੇ ਇਹ ਉਜੜਿਆਂ ਦਾ ਡੇਰਾਈ ਉਸ ਜੇ ਮਹਿਲ ਤੇ ਮਾਣੀਆਂ ਛੱਡਣੇ ਨੀ ਛੱਡੇ ਵਿੱਚ ਕਬਰਾਂ ਜਾ ਗੱਡਣੇ ਨੀ ਕੜੀ ਚੱਲਦੇ ਚੱਲਦੇ ਰੁਕ ਜਾਣੀ ਮੈਨੂੰ ਬੜਾ ਸਰੂਰ ਆ ਰਿਹਾ ਸਿਰ ਨੀ ਹਿਲਦੇ ਪਏ ਏਡੀ ਤਵੱਜੋ ਨਾਲ ਤੁਸੀਂ ਗੁਫ਼ਤਗੂ ਸੁਣ ਰਹੇ ਅੱਲਾ ਤੁਹਾਡੇ ਦਿਲਾਂ ਚ ਗੱਲ ਪਾ ਰਿਹਾ ਹੈ ਉੱਥੋਂ ਰਹਿਮਤ ਬਰਸਦੀ ਪਈ ਮੈਂ ਵੇਖ ਰਿਹਾ ਜਿੰਨੇ ਖੜੇ ਨੇ ਬੈਠੇ ਸਿਰ ਨੀ ਹਿਲਦੇ ਪੈਡੇ ਤਵੱਜੋ ਨਾਲ ਗੁਫ਼ਤਗੂ ਸੁਣ ਰਹੇ ਤੇ ਮੈਂ ਵੀ ਤਾਰ ਨਾ ਤਾਰ ਮਲਾਈ ਆਉਂਦਾ ਕਦੀ ਕਬਰਾਂ ਚ ਜਾਇਆ ਕਰ ਸਿਗਟਾਂ ਨਾ ਲਾਇਆ ਕਰ ਕਬਰਾਂ ਚ ਸਿਆਸਤ ਦੀਆਂ ਗੱਲਾਂ ਨਾ ਕਰਿਆ ਕਰ ਕਬਰਸਤਾਨ ਚ ਲਫ਼ਜ਼ੇ ਚੌਧਰੀ ਵੀ ਨਾ ਲਿਖਿਆ ਕਰ ਓਏ ਕਬਰਾਂ ਨੂੰ ਪੱਕੀਆਂ ਵੀ ਨਾ ਬਣਾਇਆ ਕਰ ਚੌਧਰੀ ਲਫ਼ਜ਼ ਤੇ ਬਿਲਕੁਲ ਨਾ ਲਿਖਿਆ ਕਰ ਇਹਨੇ ਬੜਿਆਂ ਬੜਿਆਂ ਦੀ ਚੌਧਰ ਖਾਕ ਚ ਮਿਲਾਤੀ ਐ ਮੇਰਾ ਰੰਗ ਇੰਨਾ ਸੋਹਣਾ ਨੀ ਮੇਰਾ ਬਾਬਾ ਮੇਰੇ ਤੋਂ ਵੀ ਬਹੁਤਾ ਸੋਹਣਾ ਪਰ ਮੈਂ ਜਦੋਂ ਕਬਰ ਤੇ ਜਾਵਾਂ ਤੇ ਸ਼ੇਰ ਪੜਨਾ ਉਹਨਾਂ ਮੈਂ ਇੱਥੇ ਚੰਨ ਮਨਵਰ ਸੂਰਤਾਂ ਦਿੰਦੇ ਕਬਰੀ ਪਾ ਇੱਥੇ ਚੰਨ ਮਨਵਰ ਸੂਰਤਾਂ ਦਿੰਦੇ ਕਬਰੀ ਪਾ ਇੱਥੇ ਰੰਡੀਆਂ ਹੁਣ ਸੁਹਾਗਣਾ ਅਜੇ ਮਨੋ ਨੀ ਲੱਥਾ ਚਾ ਅਸੀਂ ਪੰਜ ਭਰਾ ਤਿੰਨ ਭੈਣ ਪਰ ਇੱਕ ਦੀਆਂ ਵੀ ਬਾਪ ਖੁਸ਼ੀਆਂ ਨਹੀਂ ਵੇਖੀਆਂ ਉੱਧਰ ਮੈਂ ਵਜ਼ੀਰ ਆਜ਼ਮ ਕੋਲ ਬੈਠਾ ਸਾਂ ਅਤੇ ਮੈਂ ਉੱਥੇ ਗੱਲਾਂ ਕਰ ਰਿਹਾ ਬੇਟਾ ਤਵੱਜੋ ਮੇਰੇ ਵੱਲ ਪਲੀਜ਼ ਅਰਜ਼ ਕਰਦਾ ਪੁੱਤਰੋ ਗੱਲਾਂ ਸੁਣਿਆ ਕਰੋ ਧਿਆਨ ਨਾਲ ਬੜੀ ਕੀਮਤੀ ਗੱਲ ਬੱਚੇ ਅੱਲਾ ਵਾਸਤਾ ਗੱਲ ਸੁਣ ਧਿਆਨ ਨਾਲ ਮੈਂ ਉੱਥੇ ਗੱਲਾਂ ਪਿਆ ਕਰਾਂ ਕਾਸ਼ ਅਜ ਬਾਬਾ ਵੀ ਇੱਥੇ ਹੁੰਦਾ ਮੈਂ ਗੱਲ ਜਿਹੜੀ ਕਰਨੀ ਹੈ ਸੁਣਿਆ ਜੇ ਪੁੱਤਰੋ ਇੱਥੇ ਚੰਨ ਮਨਵਰ ਸੂਰਤਾਂ ਦਿੰਦੇ ਕਬਰੀ ਪਾ ਇੱਥੇ ਰੰਡੀਆਂ ਹੁਣ ਸੁਹਾਗਣਾ ਅਜੇ ਮਨੋ ਨੀ ਲੱਥਾ ਚਾ ਇੱਥੇ ਗਾਨੇ ਬੰਨਣ ਵਾਲੀਆਂ ਮਾਰਨ ਰੋ ਰੋਟਾ ਇੱਥੇ ਬੰਦਿਆ ਪਰਾਉਣਾ ਤੂੰ ਆਇਆ ਪਰਾਉਣਿਆਂ ਨੂੰ ਜਾਣਾ ਪੈਂਦਾ ਏ ਇੱਥੇ ਕਿਸੇ ਵੀ ਨਾ ਪੱਕਾ ਡੇਰਾ ਲਾਇਆ ਇਸ ਦਿਲ ਨੂੰ ਮੈਂ ਬੜਾ ਸਮਝ ਆਇਆ ਇੰਨਾ ਹੱਥਾਂ ਨਾਲ ਗੁਰਬਾ ਦਾ ਬਣਾਇਆ ਪਰਾਉਣਿਆਂ ਨੂੰ ਜਾਣਾ ਪੈਂਦਾ ਏ ਕਿੰਨੇ
ਕੇ ਬੈਠੇ ਨੇ, ਕੋਈ ਮਾਂ ਤੋੜ ਕੇ ਬੈਠਾ ਏ, ਕੋਈ ਬਾਪ ਤੋੜ ਕੇ ਬੈਠਾ ਏ, ਪਰ ਪੁੱਤਰੋ ਹੱਥ ਜੁੜੇ ਜੇ ਰਿਸ਼ਤੇ ਤੁਰ ਜਾਵਣ ਤੇ ਕਦਰ ਹੁੰਦੀ ਜੇ, ਰਿਸ਼ਤੇ ਤੁਰ ਜਾਵਣ ਤੇ ਕਦਰ ਹੁੰਦੀ, ਆਪਣਿਆਂ ਦੀਆਂ ਯਾਦਾਂ ਆਉਂਦੀਆਂ, ਕਦੀ ਵੱਡੀ ਤੇ ਜਾਵੀ ਚਾਚੇ ਘਰ ਕੁਰਬਾਨੀ ਹੋਵੇ, ਇੱਕ ਲੱਤ ਗੋਸ਼ਤ ਦੀ ਫੜ ਕੇ ਆਪਣੀ ਮਰਜ਼ੀ ਨਾਲ ਦੇ ਕੇ ਵਖਾਈ, ਚਾਚਾ ਬੋਲ ਪਏਗਾ ਚਾਚੀ ਬੋਲ ਪੈਗੀ, ਤਾਏ ਬੋਲ ਪਣਗੇ ਤਾਈ ਬੋਲ ਪੈਗੀ, ਪੁੱਤਰ ਰੱਖ ਦੇ ਤੈਨੂੰ ਵੰਡੇ ਆਉਂਦਾ ਦਵਾਂਗੇ, ਛਾਪੜ ਚ ਪਾ ਕੇ ਦਵਾਂਗੇ, ਪਰ ਇੱਕ ਲਿਖ ਲਾ ਉਹ ਲੱਤ ਬੱਕਰੇ ਦੀ, ਚਾਚੇ ਦਾ ਪੁੱਤਰ ਫੜੇ ਮਾਂ ਨੀ ਰੋਕਦੀ ਤਾਂ ਬਾਪ ਨੀ ਰੋਕਦਾ, ਕਿਉਂ ਰੋਂਦੇ ਆ ਵੇਖ ਸ਼ਰੀਕ ਵੇ ਬੂਏ ਢੋਲੇ ਦੇ ਬਿਨ ਮਾਵਾਂ ਦੇ ਕਾਵੀ ਟੁਕੜੇ ਖੋ ਲੈਂਦੇ, ਰੋਦੇ ਹਵੇ ਸ਼ਰੀਕ ਵੀ ਬੂਏ, ਉਹ ਚਾਚੇ ਦੀ ਪ੍ਰੇਚ ਮਰਜ਼ੀ ਨਾਲੋਂ ਕੋਈ ਸ਼ੈ ਕੱਢ ਕੇ ਖਾਵੀ ਤੇ ਨਾ ਸਰਮਦਰੀ ਭੁੱਲ ਜਾਵੀ, ਕਦੀ ਖੋਲ ਕੇ ਵੇਖੀ ਅੱਜ ਆ ਕੇ ਬਾਪ ਨੂੰ ਚੁੰਮੀ, ਅੱਜ ਮਾਂ ਨੂੰ ਚੁੰਮੀ, ਜਿਨ੍ਹਾਂ ਦੀਆਂ ਨਹੀਂ ਸਵੇਰੇ ਕਬਰਾਂ ਨੂੰ ਜੱਫੇ ਪਾ ਲਓ ਜਾ ਕੇ, ਅੰਮਾ ਮੈਂ ਭੁੱਲਾ ਹੀ ਰਿਹਾ, ਰੋਂਦੇ ਆ ਵੇਖ ਸ਼ਰੀਕ ਵੀ ਬੂਏ ਢੋਲ ਦੇ ਬਿਨ ਮਾਵਾਂ ਦੇ ਕਾਵੀ ਟੁਕੜੇ ਖੋਲ ਦੇ, ਆਪਣੀਆਂ ਮਾਵਾਂ ਵਾਲੀ ਥਾਂ ਕੋਈ ਲੈਂਦਾ ਨਹੀਂ, ਉਤਲੇ ਮਨੋ ਤੇ ਹਰ ਕੋਈ ਪੁੱਤਰਾ ਕਹਿ ਲੈਂਦੇ, ਮੌਲਾ ਨਜ਼ੀਰ ਸ਼ਾਹ ਕਰਸਾ ਜੀ ਗਰੁਲ ਮੈਂ ਕਰਾ, ਆਪਣੇ ਮਨੋ ਲੱਕ ਸੁਣਿਆ ਜੇ ਇਹਨਾਂ ਦੀ ਆਪਣੀਆਂ ਮਾਵਾਂ ਵਾਲੀ ਥਾਂ ਕੋਈ ਲੈਂਦਾ ਨਹੀਂ, ਆਪਣੇ ਆ ਬਾਪੂਆਂ ਵਾਲੀ ਥਾਂ ਕੋਈ ਲੈਂਦਾ ਨਹੀਂ, ਉਤਲੇ ਮਨੋ ਤੇ ਹਰ ਕੋਈ ਪੁੱਤਰਾ ਕਹਿ ਲੈਂਦੇ, ਫੱਟੇ ਪੁਰਾਣੇ ਕੱਪੜੇ ਤਨ ਤੇ ਪਾਉਂਦੀ ਏ, ਭੁੱਖਿਆ ਰਹਿ ਕੇ ਲੋਕ ਪੁੱਤਰ ਜਾਂਦੀ ਏ, ਜਿਨ੍ਹਾਂ ਦੁੱਧ ਦੇ ਕੇ ਪੁੱਤ ਪਾਲਿਆ ਜੀ ਪਾਣੀ ਨੂੰ ਤਰਸਦੇ, ਅੱਜ ਜਾ ਕੇ ਵੇਖੀ ਬੇਗਮ ਦਾ ਬਿਸਤਰਾ ਸੋਹਣਾ ਯਾ ਤੇਰਾ ਤੇਰੇ ਮਾਪਿਆਂ ਦਾ, ਅੱਜ ਜਾ ਕੇ ਵੇਖਣਾ ਹੀ ਤੇਰੀ ਬੇਗਮ ਦੇ ਕੱਪੜੇ ਸੋਹਣੇ ਯਾ ਮਾਂ ਦੇ, ਵੀਰਾ ਜਿੱਦਣ ਬੇਗਮ ਰੋਟੀ ਇੱਕ ਕੌਲੀ ਇੱਕ ਆਲੂ ਇੱਕ ਗਲਾਸ ਇੱਕ ਬੋਟੀ ਤੇ ਉੱਥੇ ਬੂਹੇ ਤੇ ਮਾਪਿਆਂ ਨੂੰ ਰੋਟੀ ਦੇਵੇ, ਮਾਂ ਬਾਪ ਨੂੰ ਜੱਫੇ 'ਚ ਲੈ ਕੇ ਜਿੱਥੇ ਵਾਟਰ ਸੈੱਟ ਫਿਰਨੀ ਸੈੱਟ ਸੂਪ ਸੈੱਟ ਟੀ ਸੈੱਟ ਉੱਥੇ ਰੱਖ ਕੇ ਬਰਤਨ ਸੱਜੇ ਮਾਪਿਆਂ ਨੂੰ ਖੱਬੇ ਬੀਵੀ ਬੱਚਿਆਂ ਨੂੰ, ਵਿਚਕਾਰ ਆਪ ਬੁਰਕੀ ਤੋੜ ਕੇ ਮਾਈ ਬਾਬੇ ਦੇ ਮੂੰਹ ਨੂੰ ਲਾਉਣੀ ਏ ਤੇ ਨਾਲ ਬੱਚਿਆਂ ਨੂੰ ਕਹਿਣਾ ਫੱਟੇ ਪੁਰਾਣੇ ਕੱਪੜੇ ਤਨ ਤੇ, ਬੱਚੇ ਆਵਾਜ਼ ਵਧਾ ਕੇ ਰੱਖ ਯਾਰ ਯਾਰ ਤੂੰ ਮੋਬਾਈਲ ਦਾ ਖੜਾ ਛੱਡ ਦੇ ਅੰਤਰਿਆ ਤੇ ਇਹਨੂੰ ਚਲਾ, ਛੱਡ ਦੇ ਮੋਬਾਈਲ ਜੇਬ 'ਚ ਪਾ ਲਾ, ਪਾਲ ਨੂੰ ਜਲਦੀ ਕਰ, ਹਟੇ ਪੁਰਾਣੇ ਕੱਪੜੇ ਤਨ ਤੇ ਪਾਉਂਦੀ ਏ, ਤਾਈਆਂ ਤੇ ਤੂੰ ਉਹਨਾਂ ਦਾ ਜਲਸਾ ਖਰਾਬ ਕੀਤਾ, ਤੂੰ ਧਿਆਨ ਮੋਬਾਈਲ 'ਚ ਤੇ ਸੌਣ ਤੋਂ ਘੱਟਾ ਚਲਾਉਣਾ, ਸਾਰੇ ਮੌਲਵੀ ਤੇਰੇ ਤੋਂ ਤੰਗ ਗਏ, ਹਟੇ ਪੁਰਾਣੇ ਕੱਪੜੇ ਤਨ ਤੇ ਪਾਉਂਦੀ ਏ, ਭੁੱਖਿਆਂ ਰਹਿ ਕੇ ਲੋਕੋ ਪੁੱਤਰ ਜਾਂਦੀ ਏ, ਜਿੱਦਣ ਛਾਪਰ ਭਰ ਕੇ ਮਾਪਿਆਂ ਦੇ ਬੂਹਿਆਂ ਤੋਂ ਲੰਘ ਜਾਵੇ, ਉਧਰ ਮਾਪਿਆਂ ਦੇ ਕਲੇਜੇ ਫਟ ਜਾਂਦੇ, ਪਿੱਛੇ ਪਾਣੀ ਹੋ ਜਾਂਦੇ ਕਲੇਜੇ ਫਾੜੀਆਂ, ਉਹ ਯਾਰ ਯਾਰ ਦੇ ਅੱਗੋਂ ਲੰਘੇ, ਯਾਰ ਨਹੀਂ ਉਬਰਦਾਸ਼ ਹੁੰਦਾ ਤੇ ਜਿਹਨੇ ਤੇਰੀਆਂ ਝੂਠੀਆਂ ਖਾਧੀਆਂ ਹੋਣ, ਵਧੀਆਂ ਕੱਟੀਆਂ ਤੇਰੀਆਂ ਖਾਧੀਆਂ ਹੋਣ ਤੇ ਤੂੰ ਲਾਗੋਂ ਲੰਘ ਜਾਏ, ਹਟੇ ਪੁਰਾਣੇ ਕੱਪੜੇ ਤਨ ਤੇ ਪਾਉਂਦੀ ਏ, ਭੁੱਖਿਆਂ ਰਹਿ ਕੇ ਲੋਕੋ ਪੁੱਤਰ ਜਾਂਦੀ ਏ, ਵਧੀ ਕੱਟੀ ਜੇ ਮਿਲ ਜਾਵੇ ਤੇ ਖਾਂਦੀ ਏ, ਜਿਹੜੇ ਬੰਦੇ ਆਪਣੇ ਮਾਂ ਪਿਓ ਨੂੰ ਵਧੀ ਕੱਟੀ ਰੋਟੀ ਪਹਿਲੋਂ ਨਹੀਂ ਦਿੰਦੇ ਬਾਅਦ ਚੋਂ ਦਿੰਦੇ, ਸੁਣੋ ਉਹਨਾਂ ਤੇਰੀਆਂ ਵਧੀਆਂ ਖਾਧੀਆਂ, ਮਕੁਰ ਰੱਬੇ ਰਹਿਮ ਹੁਮਾ ਕਮਾ ਰੱਬਾ ਯਾ ਨੀ ਸਗੀਰਾ, ਜਿਨ੍ਹਾਂ
ਵਧੀਆਂ ਵਧੀਆਂ ਕਟੀਆਂ ਖਾ ਕੇ ਪੁੱਤ ਪਾਲੇ, ਅੱਜ ਪੁੱਤਰ ਫੇਰ ਵਧੀਆਂ ਕਟੀਆਂ ਦੇਣ ਤੇ ਦੁੱਖ ਲੱਗਦਾ ਵੇ। ਸੁਣ ਲਓ ਵਧੀ ਕਟੀ।